ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਹੋਰ ਵੱਧ ਸਕਦੀਆਂ ਇੱਕ ਤੋਂ ਬਾਅਦ ਦੂਸਰਾ ਤੇ ਹੁਣ ਤੀਸਰਾ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਗਿਆ ਹੈ ਤੀਸਰੇ ਵਿਵਾਦਾਂ ਦੇ ਵਿੱਚ ਲਾਲਚੰਦ ਕਟਾਰੂ ਚੱਕ ਘਿਰ ਚੁਕੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਯਾਦ ਹੈ ਕਿ ਵੀਡੀਓ ਮਾਮਲੇ ਦੇ ਵਿੱਚ ਕਾਂਗਰਸ ਨੇ ਭਾਜਪਾ ਨੇ ਅਕਾਲੀ ਦਲ ਨੇ ਲਾਲਚੰਦ ਕਟਾਰੂ ਚੱਕ ਨੂੰ ਘੇਰਿਆ ਸੀ ਤੇ ਸਰਕਾਰ ਨੂੰ ਕਿਹਾ ਸੀ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਕੈਬਨਿਟ ਦੇ ਵਿੱਚੋਂ ਇਸ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ ਫਿਰ ਦੂਸਰਾ ਵਿਵਾਦ ਜੋ ਜੁੜਿਆ ਪਿਛਲੇ ਹਫਤੇ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲੋਕ ਦੇ ਪਿੰਡ ਗੋਲਦੀ 92 ਏਕੜ ਪੰਚਾਇਤੀ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੇ ਹੱਥ ਦੇ ਦੇਣਾ ਤੇ ਇਸ ਦੇ ਪਿੱਛੇ ਰੋਲ ਜਿਹੜਾ ਆ ਉਹ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਕਿਹਾ ਕਿ ਲਾਲਚੰਦ ਕਟਾਰੂ ਚੱਕ ਦਾ ਇਸ ਨੇ ਆਪਣੇ ਕਰੀਬੀਆਂ ਨੂੰ ਇਹ ਜ਼ਮੀਨ ਜਿਹੜੀ ਹੈ ਦੇ ਦਿੱਤੀ ਮਾਈਨਿੰਗ ਕਰਨ ਦੇ ਲਈ ਤੀਸਰਾ ਜਿਹੜਾ ਹੁਣ ਵਿਵਾਦ ਹੈ ਤੀਸਰਾ ਜਿਹੜਾ ਮੁੱਦਾ ਉਠਿਆ ਜਾਂ ਤੀਸਰਾ ਜਿਹੜੇ ਸਵਾਲ ਖੜੇ ਹੋ ਰਹੇ ਨੇ ਲਾਲਚੰਦ ਕਟਾਰੂ ਚੱਕ ਦੇ ਉੱਪਰ ਉਹ ਏ ਸੁਖਪਾਲ ਸਿੰਘ ਖੈਰਾ ਨੇ ਮੁੱਦੇ ਨੂੰ ਉਠਾਇਆ ਸੁਖਪਾਲ ਸਿੰਘ ਖੈਰਾ ਨੇ ਇਸ ਵਿਵਾਦ ਨੂੰ ਸਾਹਮਣੇ ਲਿਆਂਦਾ ਖੈਰਾ ਦੇ ਮੁਤਾਬਕ ਲਾਲਚੰਦ ਕਟਾਰੂ ਚੱਕ ਨੇ ਜੋ ਪਿੰਡ ਆਪਣੇ ਕਟਾਰੂ ਚੱਕ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜੋ ਆਪਣਾ ਘਰ ਬਣਾਇਆ ਹੋਇਆ ਉਹ ਪੰਚਾਇਤੀ ਜਗ੍ਹਾ ਤੇ ਬਣਾਇਆ ਗਿਆ ਖੈਰਾ ਨੇ ਕਿਹਾ ਕਿ ਕੀ ਹੁਣ ਸਰਕਾਰ ਇਸ ਦੇ ਉੱਪਰ ਕਾਰਵਾਈ ਕਰੇਗੀ ਪੰਚਾਇਤੀ ਜ਼ਮੀਨਾਂ ਛਡਵਾ ਰਹੇ ਹੋ ਤੁਸੀਂ ਬਾਕੀ ਸੂਬੇ ਦੇ ਵਿੱਚੋਂ ਕਿ ਹੁਣ ਲਾਲਚੰਦ ਕਟਾਰੂ ਚੱਕ ਦਾ ਘਰ ਜਿਹੜਾ ਹੈ ਉਹ ਖਾਲੀ ਕਰਾਓਗੇ ਉਸ ਨੂੰ ਤੋੜੋਗੇ ਉੱਥੋਂ ਪੰਚਾਇਤ ਅਜਿਹੀ ਕਾਰਵਾਈ ਕਰੇਗੀ ਖੈਰ ਨੇ ਕਿਹਾ ਕਿ ਇਹ ਜਿਹੜੇ ਹੈ 5 5 ਇੱਕ 5 5 ਮਰਲੇ ਜੋ ਗਰੀਬ ਪਰਿਵਾਰਾਂ ਨੂੰ ਰਿਹਾਈਸ਼ੀ ਦੇ ਤੌਰ ਦੇ ਉੱਪਰ ਪਲਾਟ ਦਿੱਤੇ ਜਾਂਦੇ ਆ ਉਹਨਾਂ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਤਿੰਨ ਪਲਾਟ ਹੈ ਤਾਂ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾਂ ਨੇ ਇੱਕ ਪੁਰਾਣੀ ਸਾਲ 2018 ਦੀ ਫਰਵਰੀ ਮਹੀਨੇ 20 ਤਰੀਕ ਨੂੰ ਲਿਖੀ ਗਈ ਸੀ 2018 ਨੂੰ ਰਿਟਰਨਿੰਗ ਅਫਸਰ ਕਮ ਸਹਾਇਕ ਰਜਿਸਟਰਾਰ ਨੂੰ ਚਿੱਠੀ ਲਿਖੀ ਸੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਰੋਟਾ ਨੇ ਤਾਂ ਉਸ ਦੇ ਵਿੱਚ ਕੀ ਲਿਖਿਆ ਇਹ ਤੁਹਾਡੀ ਸਕਰੀਨ ਦੇ ਉੱਪਰ ਹੈ ਇਸ ਦੇ ਵਿੱਚ ਵਿਸ਼ਾ ਲਿਖਿਆ ਗਿਆ ਸੀ ਗ੍ਰਾਮ ਪੰਚਾਇਤ ਕਟਾਰੂ ਚੱਕ ਦੇ ਖਸਰਾ ਨੰਬਰ 14 ਆਰ 11 14 ਆਰ 20 ਤਾਂ ਹਦਬਸ ਨੰਬਰ ਹੈ 259 ਤੇ 5 5 ਮਰਲੇ ਦੇ ਪਲਾਟਾਂ ਤੇ ਮਰਲੇ ਇਨ ਨਜਾਇਜ਼ ਕਬਜ਼ਾ ਕਰਨ ਸਬੰਧੀ ਵਿਸ਼ਾ ਲਿਖਿਆ ਹੋਇਆ ਹੈ। ਫਿਰ ਉਹਨਾਂ ਨੇ ਇਸ ਦੇ ਵਿੱਚ ਲਿਖਿਆ ਕਿ ਉਪਰੋਕਤ ਵਿਸ਼ੇ ਦੇ ਸਬੰਧੀ ಗ್ರಾಮ ਪੰਚਾਇਤ ਕਟਾਰੂ ਚੱਕ ਦੇ ਪਿੰਡ ਵਾਸੀਆਂ ਵੱਲੋਂ ਨਿਮਨ ਹਸਤਾਕਰ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਕਿ ਸ਼੍ਰੀ ਲਾਲ ਚੰਦ ਪੁੱਤਰ ਲੱਭੂ RAM ਜੋ ਲਾਲ ਚੰਦ ਕਟਾਰੂ ਚੱਕ ਹੈ ਜੋ 5-5 ਮਰਲੇ ਦੇ ਪਲਾਟ ਅਲਾਟ ਹੋਏ ਸਨ ਉਹਨਾਂ ਦੀ ਥਾਂ ਤੇ ਦੋ ਜ਼ਿਆਦਾ ਪਲਾਟ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸ਼੍ਰੀ ਰਾਮ ਦਿੱਤਾ ਪੁੱਤਰ ਸ਼ੰਕਰਦਾਸ ਸ਼੍ਰੀ ਪ੍ਰਕਾਸ਼ ਚੰਦ ਪੁੱਤਰ ਸੋਮਰਾਮ ਇਸ ਤੋਂ ਬਾਅਦ ਸ਼੍ਰੀ ਪ੍ਰੇਮ ਲਾਲ ਪੁੱਤਰ ਸ਼੍ਰੀ ਨੰਦਰਾਮ ਅੱਗੇ ਇੱਕ ਤੁਸੀਂ ਦੇਖ ਰਹੇ ਹੋ ਅਲਾਟਮੈਂਟ ਤੋਂ ਇਲਾਵਾ ਨਜਾਇਜ਼ ਕਾਬਜ਼ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਸ਼੍ਰੀ ਹੰਸ ਰਾਜ ਪੁੱਤਰ ਚਰਨਦਾਸ ਲਾਲ ਚੰਦ ਪਤਨੀ ਉਰਮਲਾ ਦੇਵੀ ਪੁੱਤਰ ਲੱਭੂ ਰਾਮ ਪ੍ਰੇਮ ਚੰਦ ਪੁੱਤਰ ਜਗਤ ਰਾਮ ਅਤੇ ਟੇਕ ਰਾਮ ਪੁੱਤਰ ਮਿਲਖੀ ਰਾਮ ਨੇ ਅਲਾਟਮੈਂਟ ਤੋਂ ਬਿਨਾ ਪਲਾਟਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਪੱਕੇ ਮਕਾਨ ਬਣਾਏ ਹੋਏ ਨੇ ਥੱਲੇ ਮੋਰਵੀ ਕਰੋਟਾ ਬਲਾਕ ਅ ਵਿਕਾਸ ਅਤੇ ਪੰਚਾਇਤ ਅਫਸਰ ਦੀ ਲੱਗੀ ਹੋਈ ਹੈ ਸਿਗਨੇਚਰ ਵੀ ਹੈ ਤਾਂ ਇਹ ਜਿਹੜਾ ਹੈਗਾ ਆ ਵਿਧਾਨ ਸਭਾ ਹਲਕਾ ਭੁਆ ਦੇ ਹਲਕੇ ਦੇ ਵਿੱਚ ਲਾਲਚੰਦ ਕਟਾਰੂ ਚੱਕ ਨੇ ਜੋ ਘਰ ਬਣਾਇਆ ਹੋਇਆ ਆਪਣੇ ਪਿੰਡ ਦੇ ਵਿੱਚ ਉਹ ਵਿਵਾਦਾਂ ਦੇ ਵਿੱਚ ਖੜਾ ਹੋ ਗਿਆ ਸੁਖਪਾਲ ਖੈਰਾ ਕਹਿ ਰਹੇ ਕਿ ਇਹ ਬੈਨੀਫਿਸ਼ੀਰੀ ਵੀ ਨਹੀਂ ਹੈ ਲਾਲਚੰਦ ਕਟਾਰੂ ਚੱਕ ਪੰਜ-ਪੰਜ ਮਰਲੇ ਨਹੀਂ ਦਿੱਤੇ ਇਹਨੂੰ ਪਰ ਫਿਰ ਵੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇੱਕ ਵਾਰ ਸੁਣੋ ਖੈਰਾਹੋਰ ਕੀ ਕਹਿ ਰਹੇ ਨੇ ਅ ਬਕਾਇਦਾ ਖਸਰਾ ਨੰਬਰ ਦੇ ਕੇ ਬਕਾਇਦਾ ਵੀਡੀਓ ਦੀ ਤਸਦੀਕ شدہ ਰਿਪੋਰਟ ਲਾ ਕੇ ਨਾਲ ਆ ਵੀਡੀਓ ਦੀ ਰਿਪੋਰਟ ਹੈ ਮੇਰੇ ਹੱਥ ਵਿੱਚ ਇਹ ਕਟਾਰੂ ਚੱਕ ਦਾ ਜਿਹੜਾ ਆਪਣਾ ਘਰ ਆ ਪਿੰਡ ਕਟਾਰੂ ਚੱਕ ਬਲਾਕ ਕਰੋਟਾ ਜ਼ਿਲ੍ਹਾ ਪਠਾਨਕੋਟ ਇਹ ਉਹਦਾ ਆਪਣਾ ਘਰ ਜਿਹੜਾ ਵਾ ਆ ਦੀ ਤਸਵੀਰ ਹੈ ਉਹਦੇ ਘਰ ਦੀ ਇਹ ਉਹਦਾ ਆਪਣਾ ਘਰ ਜਿਹੜਾ ਵਾ ਉਹ ਪੰਚਾਇਤ ਦੀ ਜਗ੍ਹਾ ਦੇ ਵਿੱਚ ਹੈ ਸਾਰੀ ਦੁਨੀਆ ਤੋਂ ਕਬਜ਼ੇ ਛਡਾਉਂਦੇ ਫਿਰਦੇ ਨੇ ਭੱਜੇ ਫਿਰਦੇ ਨੇ ਅਕੇ 10000 ਏਕੜ ਅਸੀਂ ਛਡਾਲੀ ਪੰਚਾਇਤ ਦੀ ਜਗ੍ਹਾ ਤੋਂ ਲਓ ਭਗਵੰਤ ਸਿੰਘ ਮਾਨ ਆ ਛਡਾ ਕੇ ਦਿਖਾ ਆਪਣੇ ਮਨਿਸਟਰ ਤੋਂ ਕਬਜ਼ਾ ਔਰ ਇਸ ਰਿਪੋਰਟ ਦੇ ਮੁਤਾਬਕ ਇਹ ਜਿਹੜਾ ਘਰ ਆ ਉਰਮਿਲਾ ਦੇਵੀ ਇਹਦੀ ਜਿਹੜੀ ਪਤਨੀ ਸਰਪੰਚ ਆ ਪਿੰਡ ਦੀ ਕਟਾਰੂ ਚੱਕ ਦੀ ਇਹ ਜਿਹੜਾ ਘਰ ਹੈਗਾ ਵਾ ਇਹ ਉਸ ਜਗ੍ਹਾ ਤੇ ਨਜਾਇਜ਼ ਕਬਜ਼ਾ ਜਿਹੜਾ ਜਗ੍ਹਾ ਰਿਜ਼ਰਵ ਸਗੀ 5-5 ਮਰਲੇ ਗਰੀਬ ਦਲਤਾਂ ਦੇ ਮਕਾਨਾਂ ਦੇ ਵਾਸਤੇ ਇਸ ਰਿਪੋਰਟ ਵਿੱਚ ਵੀਡੀਓ ਦੀ ਰਿਪੋਰਟ ਵਿੱਚ ਦੱਸ ਰਿਹਾ ਕਿ ਔਰ ਕੱਲਾ ਕਟਾਰੂ ਚੱਕ ਨਹੀਂ ਇਹਦਾ ਆਪਣੇ ਜਿਹੜੇ ਭਰਾ ਇਹਦੇ ਜਿਹੜਾ ਪਰਿਵਾਰ ਆ ਉਹ ਸਾਰਿਆਂ ਨੇ ਉਹ ਜਿਹੜੀ ਜਗਾ ਪੰਚਾਇਤ ਵਾਸਤੇ ਪੰਜ-ਪੰਜ ਮਰਲੇ ਰੱਖੀ ਸੀ ਜਗਾ ਗਰੀਬਾਂ ਦੇ ਘਰਾਂ ਵਾਸਤੇ ਉੱਥੇ ਆਪਣੇ ਘਰ ਬਣਾਏ ਨੇ ਬਕਾਇਦਾ ਤੌਰ ਤੇ ਏਸੀ ਵਗੈਰਾ ਲੱਗੇ ਹੋਏ ਨੇ ਸਾਰਾ ਕੁਝ ਵਧੀਆ ਮਕਾਨ ਔਰ ਨਜਾਇਜ਼ ਕਬਜ਼ਾ ਪੰਚਾਇਤ ਦੀ ਜਗਾ ਦੇ ਉੱਤੇ ਔਰ ਇਸਨੇ ਇਸ ਰਿਪੋਰਟ ਵਿੱਚ ਬਕਾਇਦਾ ਤੁਹਾਨੂੰ ਮੈਂ ਈਮੇਲ ਕਰ ਦੂੰਗਾ ਸਾਰੀ ਰਿਪੋਰਟ ਇਹਦੇ ਵਿੱਚ ਬਕਾਇਦਾ ਦੱਸਿਆ ਉਹਨਾਂ ਨੇ ਵੀਡੀਓ ਦੀ ਰਿਪੋਰਟ ਪਾਵਾ ਕੇ ਥੋੜੀ ਪੁਰਾਣੀ ਰਿਪੋਰਟ ਆ ਬਟ ਲੈਟ ਮੀ ਟੈਲ ਯੂ ਦੀ ਆਫੈਂਸ ਇਸ ਕੰਟੀਨਿਊਇੰਗ ਅੱਜ ਵੀ ਕਟਾਰੂ ਚੱਕ ਦਾ ਘਰ ਉਸੇ ਸਰਕਾਰੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਵਾ ਜਿਹੜੀ ਜਗ੍ਹਾ ਪੰਚਾਇਤ ਨੇ ਪੰਜ-ਪੰਜ ਮਰਲੇ ਦਲਤਾਂ ਨੂੰ ਦੇਣ ਵਾਸਤੇ ਰੱਖੀ ਸੀ ਔਰ ਇਹ ਮੈਂਸ਼ਨ ਕੀਤਾ ਕਿ ਅਲੋਟੀ ਨਹੀਂਗੇ ਕੱਲ ਨੂੰ ਇਹ ਕਹਿ ਸਕਦਾ ਜੀ ਮੈਂ ਅਲੋਟਮੈਂਟ ਕਰਾਈ ਸੀਗੀ